ਬਿਲਕੁਲ ਵੈਸੇ ਮੈਂ ਫੀਲ ਕਰਦਾ ਜੀ, ਆਹ ਸੀਟ ਤੇ ਬਹਿ ਕੇ ਗੱਲਾਂ ਕਰਨੀਆਂ ਬਹੁਤ ਔਖੀਆਂ ਨੇ। ਹਾਂਜੀ ਜਦੋਂ ਮੈਂ ਹੋਸਟ ਦਾ ਰੋਲ ਨਿਭਾਇਆ ਆ, ਉਹ ਹਾਂਜੀ ਹੁਣ ਮੈਨੂੰ ਬੜਾ ਸੌਖਾ ਲੱਗ ਰਿਹਾ ਹੈ, ਕਿਉਂਕਿ ਰਾਈਟ ਜਦੋਂ ਤੁਸੀਂ ਆਪਣੇ ਬਾਰੇ ਗੱਲ ਕਰਨੀ ਹੁੰਦੀ ਹੈ ਤਾਂ ਮੈਨੂੰ ਲੱਗਦਾ ਸੈਲਫ ਅਨਾਲਿਸਿਸ ਕਰਨਾ ਹੁੰਦਾ ਹੈ, ਬਹੁਤ ਔਖਾ ਹੁੰਦਾ ਹੈਗਾ। ਹਾਂਜੀ ਹਾਂਜੀ ਤੇ ਚਲੋ ਜਿੰਨੀ ਕੁ ਮੇਰੀ ਹੈ ਓਨਾ ਕੁ ਮੈਂ ਅੱਜ ਗੱਲਾਂ ਬਾਤਾਂ ਦਰਸ਼ਕਾਂ ਨਾਲ ਜ਼ਰੂਰ ਕਰਾਂਗਾ ਜੀ। ਬੇਸਿਕਲੀ ਮੈਂ ਖੰਨਾ ਤੋਂ ਹੈਗਾ ਹਾਂ ਜੀ, ਹਾਂਜੀ ਤੇ ਐਜੂਕੇਸ਼ਨ ਮੈਂ ਤੇ ਜਤਿੰਦਰ ਨੇ ਇਕੱਠੇ ਕੀਤੀ ਹੈ। ਜਰਨਲਿਜ਼ਮ ਦੀ ਮਾਸਟਰ ਡਿਗਰੀ ਕੀਤੀ ਸੀ ਅਸੀਂ ਜਲੰਧਰ ਤੋਂ, ਵੈਰੀ ਗੁੱਡ ਰੀਜਨਲ ਕੈਂਪਸ ਤੋਂ ਜੀ। ਉਸ ਦੌਰਾਨ ਜਦੋਂ ਜਰਨਲਿਜ਼ਮ ਕਰਦੇ ਸੀ ਜੀ, ਕਾਫੀ ਲੋਕਾਂ ਨੇ ਮੈਨੂੰ ਕਿਹਾ ਕਿ ਜੇ ਤੁਸੀਂ ਜਰਨਲਿਜ਼ਮ ਦੇ ਵਿੱਚ ਪਰਸਿਊ ਕਰਨਾ ਹੈਗਾ ਨੈਕਸਟ, ਹਾਂਜੀ ਜਤਿੰਦਰ ਆਪਾਂ ਨੂੰ ਕਹਿੰਦੇ ਹੁੰਦੇ ਸੀ ਜੀ ਕਿ ਕਿਸੇ ਲੈਂਗੁਏਜ ਦੇ ਵਿੱਚ ਮਾਸਟਰ ਜ਼ਰੂਰ ਬਣੋ ਜੀ। ਰਾਈਟ, ਮੈਂ ਉਸ ਤੋਂ ਬਾਅਦ ਫਿਰ ਜਦੋਂ ਚੰਡੀਗੜ੍ਹ ਗਿਆ, ਪਾਰਟ ਟਾਈਮ ਜੌਬ ਵੀ ਕੀਤੀ, ਐਮਏ ਪੰਜਾਬੀ ਵੀ ਉੱਥੇ ਕਰ ਲਈ ਸੀ ਜੀ। ਹਾਂਜੀ, ਉਹਦਾ ਬੜਾ ਬੈਨੀਫਿਟ ਹੋਇਆ ਮੈਨੂੰ ਟੀਵੀ ਇੰਡਸਟਰੀ ਦੇ ਵਿੱਚ। ਪਹਿਲਾਂ ਮੈਂ ਅਜੀਤ ਨਿਊਜ਼ਪੇਪਰ ਦੇ ਵਿੱਚ ਡੈਸਕ ਤੇ ਜੌਬ ਕੀਤੀ, ਰਾਈਟ, ਤੇ ਉਸ ਤੋਂ ਬਾਅਦ ਜੀ ਪੀਟੀਸੀ, ਜਦੋਂ ਪੀਟੀਸੀ ਲਾਂਚ ਹੋਇਆ ਜੀ ਪੰਜਾਬ ਦੇ ਵਿੱਚ, ਪੀਟੀਸੀ ਨੂੰ ਸ਼ੁਰੂ ਕਰਨ ਵਾਲਿਆਂ ਦੇ ਵਿੱਚੋਂ ਮੈਂ ਹੈਗਾ ਆ। ਵੈਰੀ ਉਸ ਗੁੱਡ, ਤੋਂ ਬਾਅਦ ਜੀ ਤੇ ਆ ਗਿਆ ਸੀਗਾ ਜੀ। ਉਸ ਤੋਂ ਬਾਅਦ ਤਾਂ ਫਿਰ ਮੈਨੂੰ ਲੱਗਦਾ ਕੋਈ 125 ਦੇ ਕਰੀਬ ਉੱਥੇ ਵੱਖ ਵੱਖ ਪਰਸਨੈਲਿਟੀਜ਼, ਭਾਵੇਂ ਉਹ ਸਪੋਰਟਸ ਪਰਸਨ ਨੇ, ਪੋਲੀਟੀਕਲ ਨੇ, ਗਾਉਣ ਵਾਲੇ ਨੇ, ਫਿਲਮ ਵਾਲੇ ਨੇ, ਸੋਸ਼ਲ ਲਾਈਫ ਦੇ ਵਿੱਚ ਜਿਨ੍ਹਾਂ ਨੇ ਕੋਈ ਅਚੀਵਮੈਂਟ ਕੀਤੀ ਆ, ਸਹੀ, ਉਹ 125 ਦੇ ਕਰੀਬ ਮੇਰੀਆਂ ਕੀਤੀਆਂ ਇੰਟਰਵਿਊਜ਼ ਮੈਨੂੰ ਲੱਗਦਾ ਅੱਜ ਤੱਕ ਪੇ ਕਰ ਰਹੀਆਂ ਨੇ। ਤੁਸੀਂ ਪਹਿਲਾਂ ਫਾਈਨਲ ਇਹੀ ਸੋਚਿਆ ਸੀ ਕਿ ਮੀਡੀਆ 'ਚ ਅੱਗੇ ਪਰਸੂ ਕਰਨਾ? ਮੈਂ ਜਰਨਲਿਜ਼ਮ ਦੇ ਵਿੱਚ ਆਇਆ ਹੀ ਇਸ ਕਰਕੇ ਸੀਗਾ ਜੀ। ਰਾਈਟ, ਅਸਲ 'ਚ ਉਦੋਂ ਟਾਰਗੇਟ, ਗ੍ਰੈਜੂਏਸ਼ਨ ਤਾਂ ਕੋਈ ਟਾਰਗੇਟ ਨਹੀਂ ਸੀ। ਹਾਂਜੀ, ਉਦੋਂ ਇਹ ਲੱਗਦਾ ਸੀਗਾ ਕਿਸੇ ਵਕੀਲ ਨੂੰ ਦੇਖ ਲੈਣਾ ਤਾਂ ਸੋਚਣਾ ਲੈ ਵੀ LLB ਕਰਕੇ ਵਕੀਲ ਬਣੀਏ, ਬੜੀ ਟੌਹਰ ਆ। ਅੱਛਾ, ਫੇਰ ਲੱਗਿਆ ਫੋਟੋਗ੍ਰਾਫੀ ਵਾਲੇ ਪਾਸੇ ਝੁਕਾਅ ਹੋਇਆ ਥੋੜ੍ਹਾ ਜਿਹਾ। ਹਾਂਜੀ, ਉਹ ਪਤਾ ਲੱਗਿਆ ਵੀ ਜਰਨਲਿਜ਼ਮ ਨਾਲ ਮਿਲਦਾ ਜੁਲਦਾ ਹੀ ਫੀਲਡ ਹੈਗਾ ਆ। ਹਾਂਜੀ, ਤੇ ਫਿਰ ਫਾਈਨਲੀ ਟਾਰਗੇਟ ਫਿਕਸ ਕਰ ਲਿਆ ਸੀ ਕਿ ਹਾਂ ਜਰਨਲਿਜ਼ਮ 'ਚ ਜਾਣਾ ਆ, ਕਿਉਂਕਿ ਉਦੋਂ ਲੱਗਦਾ ਹੁੰਦਾ ਸੀ ਕਿ ਬੜਾ ਗਲੈਮਰ ਹੈਗਾ ਇਹਦੇ ਵਿੱਚ ਜੀ। ਤੇ ਉਹ ਬਸ ਫਿਰ ਹੌਲੀ ਹੌਲੀ ਕਰਦੇ 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 ਜਦੋਂ ਫੀਲਡ 'ਚ ਆ ਜਾਂਦੇ ਉਦੋਂ ਉਹਦੀ ਬੁੱਕਤ ਓਨੀ ਮਹਿਸੂਸ ਨਹੀਂ ਹੁੰਦੀ। ਜਦੋਂ ਬਾਹਰ ਹੁੰਦੇ ਸੀ ਉਦੋਂ ਬਹੁਤ ਲੱਗਦਾ ਹੁੰਦਾ ਸੀ ਕਿ ਫੀਲਡ ਇਹ ਬਹੁਤ ਵਧੀਆ ਆ, ਰਾਈਟ, ਬਟ ਜਦੋਂ ਜਰਨਲਿਜ਼ਮ 'ਚ ਆ ਗਏ ਉਦੋਂ ਇਹ ਬੜਾ ਭੈੜਾ ਜਿਹਾ ਲੱਗਣ ਲੱਗ ਗਿਆ, ਕਿਉਂਕਿ ਸ਼ਿਫਟ ਜਿਹੜੀ ਹੁੰਦੀ ਸੀਗੀ ਮੇਰੀ TV 'ਚ ਆਉਂਦੀ ਸਾਰੇ, ਉਹਨੇ ਰਾਤ ਨੂੰ 12 ਤੋਂ ਮਾਰਨਿੰਗ 8 ਵਾਲੀ ਲਾਤੀ। ਠੀਕ ਹੈ, ਲੋਕ ਸੁੱਤੇ ਪਏ ਹੁੰਦੇ ਸੀ, ਅਸੀਂ ਕੰਮ ਕਰਦੇ ਹੁੰਦੇ ਸੀ। ਹਾਂਜੀ, ਮੈਂ ਕਿਹਾ ਵੀ ਫਸ ਗਏ ਇਹ, ਤੇ ਬਟ ਉਹ ਹੌਲੀ ਹੌਲੀ ਫਿਰ ਹੈਬਚੁਅਲ ਹੋ ਜਾਂਦੇ ਹੈਗੇ ਉਹ। ਰਾਈਟ,